ਤੁਹਾਨੂੰ ਉਹ ਕਮਰਾ ਦਿਖਾ ਦਿੰਦੇ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਪਏ ਸੀਗੇ ਤੇ ਇੱਥੋਂ ਜਿਹੜੀ ਤੋੜ ਭੰਨ ਕਰਕੇ ਹਨਾ ਲੈ ਕੇ ਗਏ ਨੇਗੇ ਆਹ ਸਾਰਾ ਤੁਹਾਨੂੰ ਦਿਖਾ ਦੇਣਾ ਇੱਥੋਂ ਜਿੰਦੇ ਵਗੈਰਾ ਤੋੜ ਕੇ ਇੱਥੋਂ ਕੱਢ ਕੇ ਲੈ ਕੇ ਗਏ ਨੇ ਹਾਂ ਤੇ ਤੇ ਹਾਂ ਉਹ ਵੀ ਖੋਲਦੇ ਮਾੜੇ ਜੀ ਤੇ ਉਧਰਲੇ ਪਾਸੇ ਮੋਰੀਆਂ ਕੀਤੀਆਂ ਨੇ ਇਧਰਲੇ ਪਾਸੇ ਮੋਰੀਆਂ ਕੀਤੀਆਂ ਵੀ ਨੇਗੀਆਂ ਤੇ ਸਵੇਰੇ 3 ਵਜੇ ਜਿਹੜਾ ਪੁਲਿਸ ਨੇ ਚੱਕਿਆ ਹੈਗਾ ਆਹ ਦੇਖ ਲਓ ਇੱਧਰੋਂ ਮੋਰੀਆਂ ਜਿਹੜੀਆਂ ਕੱਢ ਕੇ ਲੈ ਕੇ ਗਏ ਨੇ ਤੇ ਆਹ ਕਮਰੇ ਦੇ ਵਿੱਚ ਸੀਗੇ ਇੱਥੇ ਤੇ ਇੱਧਰ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਕਾਕਾ ਸਿੰਘ ਪ੍ਰਸ਼ਾਸਨ ਤੇ ਅਗਲਾ ਕੀ ਜਿਹੜਾ ਵੱਡਾ ਐਲਾਨ ਕਹਿ ਦੀ ਆਪਾਂ ਕੀਤਾ ਜਾਊਗਾ ਉਹ ਕਾਕਾ ਸਿੰਘ ਕੋਟਾ ਦੱਸਣਗੇ ਅੱਗੇ ਬਿਲਕੁਲ ਜਿੱਥੇ ਕਹਿ ਦੀਏ ਆਪਾਂ ਸੈਂਟਰ ਆ ਜਾਂਦਾ ਇੱਥੇ ਬਾਪੂ ਜੀ ਦਾ ਜਿਹੜਾ ਕਮਰਾ ਸੀ ਉੱਥੇ ਬੈਠੇ ਸੀਗੇ ਉੱਥੋਂ ਜਿਹੜੀ ਪੁਲਿਸ ਹੈ ਉਹ ਚੱਕ ਕੇ ਲੈ ਗਈ ਅਗਲੀ ਕਾਰਵਾਈ ਕੀ ਹੁੰਦੀ ਹੈ ਉਹ ਦੱਸਾਂਗੇ ਦਿਨ ਚੜ੍ਹਦੇ ਜਿਹੜਾ ਸਾਰਾ ਐਲਾਨ ਹੋ ਜਾਣੇ ਆ ਅਤੇ ਬਾਕੀ ਜਿਵੇਂ ਕਿਹਾ ਬਸ ਵੀ ਲੜੇਵਾਰ ਇੱਕ ਕਿਸਾਨ ਅੱਗੋਂ ਦੀ ਲਿਸਟ ਬਣੀ ਵੀ ਹੈ ਵੀ ਉਸੇ ਤਰ੍ਹਾਂ ਇੱਕ ਤੋਂ ਬਾਅਦ ਇੱਕ ਨੇ ਬੈਠਣਾ ਸੀਗਾ ਅਤੇ ਅਗਲਾ ਜਿਹੜਾ ਕਿਸਾਨ ਆਗੂ ਹੈਗਾ ਉਹ ਮਰਨ ਵਰਤੇ ਕੌਣ ਬੈਠੂਗਾ ਸੋ ਸਵੇਰੇ ਜਿਹੜਾ ਸਾਰਾ ਐਲਾਨ ਹੋ ਜੂਗਾ ਮੁਰਦਾਬਾਦ ਮੁਰਦਾਬਾਦ।